ਸਿਲੰਡਰ ਹੈ ਜੀ ਬਹੁਤ ਤਕੜਾ ਪਿੰਡ ਬਕੈਣ ਵਾਲਾ ਜਿਹੜਾ ਫਾਜ਼ਿਲਕਾ ਦਰਖਤ ਪੱਟੀ ਆਉਂਦਾ ਲੋਕਾਂ ਦਾ ਸਮਾਨ ਨਾਲ ਡਾਈ ਜਾਂਦਾ ਕਿੰਨਾ ਸਮਾਨ ਵਿੱਚ ਉੱਡਿਆ ਪੈਂਦਾ ਜੀ ਘਰ ਦਾ ਬਿਲਕੁਲ ਨੇੜੇ ਲੱਗ ਗਿਆ ਉੱਪਰ ਦੇਖ ਹਵਾ ਕੋ ਦਾਤ ਬਣਿਆ ਉੱਪਰ ਦੇਖੋ ਫੋਨ ਲਿਆ ਫਾਜ਼ਿਲਕਾ ਦੇ ਇੱਕ ਪਿੰਡ 'ਚ ਬਾਬ ਰੋਲੇ ਨੇ ਅਜਿਹੀ ਤਬਾਹੀ ਮਚਾਈ ਹੈ ਕਿ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅਜਿਹਾ ਖਤਰਨਾਕ ਬਾਬ ਰੋਲਾ ਲੋਕਾਂ ਨੇ ਕਦੇ ਨਹੀਂ ਦੇਖਿਆ, ਜਿਸ ਨੇ ਰਸਤੇ ਵਿੱਚ ਆਏ ਰੁੱਖਾਂ ਨੂੰ ਪੁੱਟ ਦਿੱਤਾ ਅਤੇ ਮਕਾਨਾਂ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ। ਕੀ ਹੈ ਪੂਰੀ ਖਬਰ, ਦੇਖੋ ਇਹ ਰਿਪੋਰਟ। ਖੇਤਾਂ ਵਿੱਚ ਉੱਠ ਰਹੇ ਭਿਆਨਕ ਬਾਬ ਰੋਲੇ ਦੀਆਂ ਇਹ ਖੌਫਨਾਕ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦੇ ਪਿੰਡ ਬਕੇਨ ਵਾਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ ਭਿਆਨਕ ਬਾਬ ਰੋਲੇ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਜੋ ਕੋਈ ਵੀ ਚੀਜ਼ ਇਸ ਦੇ ਰਸਤੇ ਵਿੱਚ ਆਈ ਤਬਾਹ ਕਰਕੇ ਰੱਖ ਦਿੱਤੀ। ਇੱਥੋਂ ਤੱਕ ਕਿ ਇਸ ਭਿਆਨਕ ਬਾਬ ਰੋਲੇ ਨੇ ਰਸਤੇ ਵਿੱਚ ਆਏ ਮਕਾਨਾਂ ਨੂੰ ਵੀ ਢਾ ਕੇ ਰੱਖ ਦਿੱਤਾ ਹੈ। ਜਿਸ ਕਿਸੇ ਨੇ ਵੀ ਇਸ ਖੌਫਨਾਕ ਦ੍ਰਿਸ਼ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ। ਬਵੰਡਰ ਹੈ ਜੀ ਬਹੁਤ ਤਕੜਾ ਪਿੰਡ ਬਕੈਣ ਵਾਲਾ ਜ਼ਿਲ੍ਹਾ ਫਾਜ਼ਿਲਕਾ, ਦਰਖਤ ਪੱਟੀ ਆਉਂਦਾ ਲੋਕਾਂ ਦਾ ਸਮਾਨ ਨਾਲ ਡਾਈ ਜਾਂਦਾ ਕਿੰਨਾ ਸਮਾਨ ਵਿੱਚ ਉੱਡਿਆ ਫਿਰਦਾ ਜੀ ਘਰ ਦਾ ਬਿਲਕੁਲ ਨੇੜੇ ਲੱਗ ਗਿਆ ਸ਼ਾਂਤਾ ਜਿਹੜਾ ਇਸ ਪਿੰਡ ਦਾ ਹੋਇਆ ਹੈ ਅਜੇ ਪੂਰੀ ਅਸੈਸਮੈਂਟ ਹੋਣ ਦੇ ਬਾਅਦ ਪਤਾ ਲੱਗੂਗਾ, ਪਰ ਮੈਂ ਦੇਖ ਰਿਹਾ ਵੀ ਦੋ ਤਿੰਨ ਬੰਦੇ ਇੰਜਰਡ ਹੋਏ ਨੇ ਅਤੇ ਜਾਨੀ ਨੁਕਸਾਨ ਤੋਂ ਬਚਤ ਹੋਈ ਹੈ। ਪਰਮਾਤਮਾ ਉਹਨਾਂ ਨੂੰ ਸਿਹਤਮੰਦ ਜਲਦੀ ਕਰੇ। ਬਾਕੀ ਜਿਹੜਾ ਨੁਕਸਾਨ ਹੈ ਇਹ ਗਰੀਬ ਲੋਕ ਨੇ, ਮੇਰੇ ਤਾਂ ਪੜੋਸੀ ਪਿੰਡ ਹੈਗਾ, ਛੋਟੇ ਛੋਟੇ ਮਾਲਕ ਨੇ, ਮਸਾਂ ਮਰ ਕੇ ਕਿਸੇ ਨੇ ਮਕਾਨ ਆਪਦਾ ਰਹਿਣ ਦਾ ਆਸਰਾ ਬਣਾਇਆ, ਹੁਣ ਉਹ ਜੇ ਟੁੱਟ ਜੇ ਉਹ ਸਾਹਮਣੇ ਦੇਖੋ ਉਹ ਲੈਂਟਰ ਟਿਕਿਆ ਹੋਇਆ, ਕਿਤੇ ਵਰਕਸ਼ਾਪ ਦੀ ਛੱਤ ਡਿੱਗ ਪਈ, ਫਸਲਾਂ ਦਾ ਤਾਂ ਮੈਂ ਅੰਦਾਜ਼ਾ ਹੀ ਨਹੀਂ ਲਾ ਸਕਦਾ। ਅਤੇ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਇਹਨਾਂ ਵਾਸਤੇ? ਮੈਂ ਤਾਂ ਸਰਕਾਰ ਵੱਲੋਂ ਇਹੀ ਮੰਗ ਕਰਦਾ ਵੀ ਸਰਕਾਰ ਨੂੰ ਫੌਰੀ ਤੌਰ 'ਤੇ ਇਹ ਦਿਖਾਵਾ ਨਹੀਂ ਹੋਣਾ ਚਾਹੀਦਾ ਵੀ ਤੜਕੇ ਅਖਬਾਰ 'ਚ ਦੇ ਤਾ ਵੀ ਸਪੈਸ਼ਲ ਗਿਰਦਾਵਰੀ ਕਰਾਤੀ ਅਤੇ ਦੇਵਾਂਗੇ ਪੈਸੇ ਅਤੇ ਪੈਸੇ ਮੁੜ ਕੇ ਭੁੱਲੀ ਜਾਣ ਵੀ ਨੁਕਸਾਨ ਹੋਇਆ ਸੀ ਕਿ ਇਹਨਾਂ ਨੂੰ ਫੌਰੀ ਤੌਰ 'ਤੇ ਮਦਦ ਦੇਣੀ ਚਾਹੀਦੀ ਹੈ। ਕਿੰਨਾ ਕੁ ਤਕੜਾ ਸੀਗਾ ਤੁਹਾਨੂੰ? ਬਹੁਤ ਤਕੜਾ ਸੀ। ਕੀ ਕੀ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਸਾਰਾ ਘਰ ਹੀ ਡਿੱਗਤਾ ਜੀ, ਪਸ਼ੂਆਂ ਸੱਟਾਂ ਵੱਜੀਆਂ ਜੀ। ਕੋਈ ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਆਇਆ ਸੀਗਾ? ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਖਤਰਨਾਕ ਬਾਬ ਰੋਲੇ ਨੇ ਦਰਖਤਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਰੱਖ ਦਿੱਤਾ ਹੈ। ਜਿੱਥੋਂ ਜਿੱਥੋਂ ਇਹ ਲੰਘਿਆ ਉੱਥੇ ਫਸਲਾਂ ਵਿਛਾ ਕੇ ਰੱਖ ਦਿੱਤੀਆਂ, ਕਈ ਸ਼ੈੱਡ ਉਡਾ ਦਿੱਤੇ। ਕੁਦਰਤ ਦੀ ਇਸ ਕਰੋਪੀ ਨੂੰ ਦੇਖ ਕੇ ਲੋਕ ਹੈਰਾਨ ਸਨ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇੰਨਾ ਖਤਰਨਾਕ ਬਾਬ ਰੋਲਾ ਕਦੇ ਨਹੀਂ ਦੇਖਿਆ। ਇੱਕ ਵਾਰ ਫਿਰ ਤੋਂ ਦੇਖੋ ਇਹ ਵੀਡੀਓ। ਉਹ ਬਵੰਡਰ ਹੋ ਠੀਕਿਆ, ਉਹ ਜਿੰਨਾ ਆਪਾਂ ਦੇਖਿਆ ਨੀ, ਉਹ ਬਵੰਡਰ ਹੋ ਭਾਈ ਸਾਹਿਬ। ਉਹ ਕੀ ਕਹੋ ਤੁਹਾਡਾ ਜਿੱਤ ਪੱਟੇ, ਉਹ ਦੇਖ ਉੱਪਰ ਦੇਖ ਹਵਾ ਕੋ ਦਾਤ ਬਣਿਆ ਉੱਪਰ ਦੇਖੋ ਨੀ। ਫੋਨ ਲਿਆ, ਫੋਨ ਫੜਿਓ ਲਿਆ ਤੋ ਚੀਜ਼ ਤਾਂ ਦੇਖ ਤੋ ਠੀਕਿਆ। ਉਹ ਫਿਲਮਾਂ ਹੋਵੇ ਨੀ ਵਾਰੀ ਹਲਟੀ ਹੈ ਕੋਨੇ ਗਏ। ਸਾਨੂੰ ਰਿਪੋਰਟ ਦੇ ਤਲਾਬ ਸੁਣੇ ਸੀ, ਅਸੀਂ ਸਮੇਤ ਐਸਐਚਓ ਮੌਕੇ ਤੇ ਪਹੁੰਚੇ ਹਾਂ। ਬਾਕੀ ਸਿਵਲ ਪ੍ਰਸ਼ਾਸਨ ਵੀ ਮੌਕੇ ਤੇ ਹੈ, ਉਹ ਸਾਰਾ ਅਸੀਂ ਜਾਇਜ਼ਾ ਲੈ ਰਹੇ ਹਾਂ। ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਕੋਈ 5-6 ਵਿਅਕਤੀ ਨੇ ਸੱਟਾਂ ਲੱਗੀਆਂ। ਬਾਕੀ ਪਿੰਡ ਦੇ ਲੋਕਾਂ ਨੇ ਕਾਫੀ ਹੈਲਪ ਕਰਕੇ, ਜਿਹੜੇ ਲੋਕ ਥੱਲੇ ਨੀਚੇ ਆਏ ਸੀ ਉਹਨਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। ਬਾਕੀ ਜੋ ਵੀ ਸਾਡੀ ਪ੍ਰਪੋਜ਼ਲ ਉੱਪਰ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ ਵੀ ਕਿੰਨਾ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ। ਦੱਸ ਦਈਏ ਕਿ ਜਿੱਥੇ ਲੋਕਾਂ ਵਿੱਚ ਇਸ ਬਾਬ ਰੋਲੇ ਨੂੰ ਲੈ ਕੇ ਦਹਿਸ਼ਤ ਪਾਈ ਜਾ ਰਹੀ ਹੈ, ਉੱਥੇ ਹੀ ਲੋਕਾਂ ਵਿੱਚ ਰੋਸ਼ ਵੀ ਪਾਇਆ ਜਾ ਰਿਹਾ ਹੈ, ਕਿਉਂਕਿ ਇੰਨੇ ਭਿਆਨਕ ਨੁਕਸਾਨ ਤੋਂ ਬਾਅਦ ਕੋਈ ਵੀ ਸਰਕਾਰੀ ਅਧਿਕਾਰੀ ਉਹਨਾਂ ਦੀ ਸਾਰ ਲੈਣ ਨਹੀਂ ਪੁੱਜਿਆ। ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ, ਹਮਦਰਦ ਟੀਵੀ।